ਆਸਟ੍ਰੇਲੀਆ ਦੇ ਵਿੱਚ ਕੁਝ ਇੰਡੀਅਨ ਸਟੂਡੈਂਟ ਵਿਚਾਲੇ ਹੋਈ ਲੜਾਈ ਦੌਰਾਨ ਹਰਿਆਣਾ ਦੇ ਕਰਨਾਲ ਦੇ ਵਾਸੀ ਇੱਕ 22 ਸਾਲਾ ਐਮਟੈਕ ਸਟੂਡੈਂਟ ਦੀ ਕਥਿਤ ਤੌਰ ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਘਟਨਾ ਵਿੱਚ ਇੱਕ ਹੋਰ ਸਟੂਡੈਂਟ ਗੰਭੀਰ ਰੂਪ ਨਾਲ ਜ਼ਖਮੀ ਵੀ ਹੋ ਗਿਆ ਹੈ। ਮ੍ਰਿਤਕ ਦੇ ਰਿਸ਼ਤੇਦਾਰ ਜਸ਼ਵੀਰ ਅਨਸਾਰ ਨਵਜੀਤ ਸੰਧੂ ਤੇ ਕਿਸੇ ਹੋਰ ਸਟੂਡੈਂਟ ਨੇ ਚਾਕੂ ਨਾਲ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਸਨੇ ਕਿਰਾਏ ਦੇ ਮਾਮਲੇ ਵਿੱਚ ਕੁਝ ਇੰਡੀਅਨ ਸਟੂਡੈਂਟ ਵਿਚਕਾਰ ਹੋਏ ਝਗੜੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਹੈ ਕਿ ਨਵਜੀਤ ਇੱਕ ਬ੍ਰਿਲੀਅੰਟ ਸਟੂਡੈਂਟ ਸੀ ਅਤੇ ਉਹ ਜੁਲਾਈ ਵਿੱਚ ਛੁੱਟੀਆਂ ਮਨਾਉਣ ਲਈ ਆਪਣੇ ਪਰਿਵਾਰ ਦੇ ਕੋਲ ਜਾਣ ਵਾਲਾ ਸੀ। ਉਹ ਨਵੰਬਰ 2022 ਵਿੱਚ ਕਰੀਬ 1.5 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਆਇਆ ਸੀ ਅਤੇ ਉਸਦੇ ਪਿਤਾ ਜੋ ਕਿ ਕਿਸਾਨ ਹਨ ਨੇ 1.5 ਏਕੜ ਜ਼ਮੀਨ ਵੇਚ ਕੇ ਉਸਨੂੰ ਵਿਦੇਸ਼ ਪੜ੍ਹਨ ਲਈ ਭੇਜਿਆ ਸੀ। ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਵਿੱਚ ਉਹਨਾਂ ਦੀ ਮਦਦ ਕਰੇ। ਬਿਊਰੋ ਰਿਪੋਰਟ ਐਨਜੈਟ ਪੰਜਾਬੀ ਨਿਊਜ਼।